ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅੱਜ ਆਪਣੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ। ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਮੌਕੇ ਉਹਨਾਂ ਨੇ ਕਿਹਾ ਕਿ ਆਪ ਅਤੇ ਕਾਂਗਰਸ ਪਹਿਲਾਂ ਤੋਂ ਹੀ ਇਕੱਠੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੂੰ ਜਾਅਲੀ ਦਲ ਕਰਾਰ ਦਿੱਤਾ। ਸੁਖਬੀਰ ਸਿੰਘ ਬਾਦਲ ਨੇ ਰਾਹੁਲ ਗਾਂਧੀ ਦੇ ਚੋਣ ਵਾਅਦੇ ਉੱਤੇ ਵੀ ਟਿੱਪਣੀ ਕੀਤੀ। ਉਹਨਾਂ ਨੇ ਆਪਣੇ ਲੋਕ ਸਭਾ ਚੋਣ ਲੜਨ ਉੱਤੇ ਕਿਹਾ ਕਿ ਜੇਕਰ ਪਾਰਟੀ ਚਾਹੇਗੀ ਤਾਂ ਉਹ ਚੋਣ ਜ਼ਰੂਰ ਲੜਨਗੇ। ਆਮ ਆਦਮੀ, ਮੈਂ ਤੁਹਾਨੂੰ ਡੇ ਵਨ ਤੋਂ ਕਿਹਾ ਸੀ, ਆਮ ਆਦਮੀ ਅਤੇ ਕਾਂਗਰਸ ਬਹੁਤ ਪੁਰਾਣੇ ਇਕੱਠੇ ਹੈ। ਜਦੋਂ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰ ਬਣੀ ਸੀ ਉਹ ਕਾਂਗਰਸ ਦੀ ਸਪੋਰਟ 'ਤੇ ਬਣੀ ਸੀ। ਇਹਨਾਂ ਇਲੈਕਸ਼ਨਾਂ ਦੇ ਦੌਰਾਨ ਵੀ ਦੋਨੋਂ ਇਕੱਠੇ ਹੋ ਕੇ ਇੱਕ ਮਿਸ਼ਨ ਸੀ ਉਹਨਾਂ ਦਾ, ਸ਼੍ਰੋਮਣੀ ਅਕਾਲੀ ਦਲ। ਅੱਜ ਹਾਲਾਤ ਕੀ ਹੈ ਪੰਜਾਬ 'ਚ? ਹਾਲਾਤ ਹੈ ਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ BJP ਹੈ, ਬਾਕੀ ਸਾਰੇ ਇਕੱਠੇ ਹੈ। ਸਾਰਿਆਂ ਦੀ ਪਲੈਨ ਇੱਕੋ ਹੀ ਹੈ ਕਿ ਟਾਰਗੇਟ ਸ਼੍ਰੋਮਣੀ ਅਕਾਲੀ ਦਲ BJP, ਕਿਉਂਕਿ ਡਰਦੇ ਹੀ ਸ਼੍ਰੋਮਣੀ ਅਕਾਲੀ ਦਲ BJP ਤੋਂ ਹੈ। ਉਹਨਾਂ ਨੂੰ ਪਤਾ ਕਿ ਜੋ ਬਾਦਲ ਸਾਹਿਬ ਨੇ ਕੰਮ ਕੀਤੇ ਸੀ, ਜੋ ਡਿਵੈਲਪਮੈਂਟ ਕੀਤੀ ਸੀ, ਜੋ ਗਰੀਬਾਂ ਨੂੰ ਸਹੂਲਤਾਂ ਦਿੱਤੀਆਂ ਸੀ, ਸਾਰੀਆਂ ਬੰਦ ਹੋ ਗਈਆਂ। ਉਹਨਾਂ ਸਾਰਿਆਂ ਦੀ ਸਟ੍ਰੈਟਜੀ ਹੈ ਕਿ ਕਿਵੇਂ ਨਾ ਕਿਵੇਂ ਸ਼੍ਰੋਮਣੀ ਅਕਾਲੀ ਦਲ BJP ਨੂੰ ਕਮਜ਼ੋਰ ਕਰਨ, ਪਰ ਜਿੰਨਾ ਮਰਜ਼ੀ ਜੋਸ਼ ਕੋਸ਼ਿਸ਼ ਕਰ ਲੈਣ, ਪੰਜਾਬ ਦੀ ਜਨਤਾ ਰਿਐਲਿਟੀ ਜਾਣਦੀ ਹੈ। ਮੈਨੂੰ ਬੜੀ ਖੁਸ਼ੀ ਹੈ ਕਿ ਉਹ ਮੈਦਾਨੇ ਜੰਗ 'ਚ ਹੈ। ਮੈਂ ਇੱਕੋ ਹੀ ਬੇਨਤੀ ਕਰ ਦੇਣਾ, ਕਿਤੇ ਭੱਜ ਨਾ ਜਾਣ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ, ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਟਕਸਾਲੀ ਕਿਹਾ। ਜਿਵੇਂ ਮੇਰੇ ਪਿਤਾ ਬਾਦਲ ਸਾਹਿਬ ਨੇ ਕਿਹਾ, ਟਕਸਾਲੀ ਉਹ ਹੁੰਦਾ ਹੈ ਜਿਹੜਾ ਪਾਰਟੀ ਦਾ ਵਫ਼ਾਦਾਰ ਹੋਏ, ਟਕਸਾਲੀ ਉਹ ਨਹੀਂ ਹੁੰਦਾ ਜਿਹੜਾ ਪਾਰਟੀ ਦੇ ਪਿੱਠ 'ਤੇ ਛੁਰਾ ਮਾਰੇ, ਉਹ ਜਾਲੀ ਹੁੰਦਾ। ਸੋ ਜਿਹੜਾ ਉਹ ਮੈਦਾਨ 'ਚ ਹੈ, ਮੈਨੂੰ ਪੂਰਾ ਡਰ ਲੱਗ ਰਿਹਾ ਕਿ ਆਹ ਭੱਜ ਜਾਣਗੇ, ਕਿਉਂਕਿ ਉਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਹੈ। ਹੁਣ ਆ ਬਹਾਨੇ ਲੱਭਣਗੇ ਅਤੇ ਮੈਨੂੰ ਲੱਗਦਾ ਇਹਨਾਂ ਨੇ ਜਿੰਨੇ ਵੀ ਕੈਂਡੀਡੇਟ ਖੜ੍ਹੇ ਕੀਤੇ ਇਹਨਾਂ ਨੇ, ਸਾਰੇ ਨੌਨ ਟਕਸਾਲੀ, ਜਿਹਦਾ ਕੋਈ ਪਿਛੋਕੜ, ਕਿਸੇ ਦਾ ਕੋਈ ਪਤਾ ਨਹੀਂ ਕਿ 5 ਪਾਰਟੀਆਂ ਬਦਲ ਗਿਆ, ਕੋਈ 6 ਬਦਲ ਗਿਆ। ਸੋ ਉਹਦਾ ਕੈਰੈਕਟਰ ਆਫ ਦਿਸ ਪਾਰਟੀ ਇਜ਼ ਨੋਟ, ਇਟਸ ਨੋਟ ਐ ਸ਼੍ਰੋਮਣੀ ਅਕਾਲੀ ਦਲ ਜਾਲੀ, ਨੋਟ ਟਕਸਾਲੀ। ਮੈਂ ਇਹ ਕਹਿਣਾ ਚਾਹੁੰਦਾ, ਰਾਹੁਲ ਗਾਂਧੀ ਉਹੀ ਕਰ ਰਿਹਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਕਰ ਰਿਹਾ ਸੀ। ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੈਂ ਬੈਂਕਾਂ ਦਾ ਹੀ ਮੋੜੂੰਗਾ, ਆੜ੍ਹਤੀਆਂ ਦਾ ਕਰਜ਼ਾ ਮੋੜੂੰਗਾ, ਘਰ ਘਰ ਨੌਕਰੀ ਦੂੰਗਾ। ਉਹਦਾ ਨਿਸ਼ਾਨਾ ਕਿਵੇਂ ਨਾ ਕਿਵੇਂ ਮੈਂ ਸਰਕਾਰ ਬਣਾ ਲਾਂ, ਉਹਦੇ ਬਾਅਦ ਮੁੱਕਰ ਜਾਓ। ਰਾਹੁਲ ਗਾਂਧੀ ਵੀ ਉਹੀ ਸਕੀਮ 'ਤੇ ਹੈ। ਮੈਂ ਉਹੀ ਕਹਿ ਰਿਹਾ ਕਿ ਉਹਦਾ ਇੱਕੋ ਹੀ ਸਕੀਮ ਹੈ, ਕਿਵੇਂ ਨਾ ਕਿਵੇਂ ਸਰਕਾਰ ਬਣਾ ਲਾਂ, ਉਹਦੇ ਬਾਅਦ ਮੁੱਕਰ ਜਾਣਾ, ਜਿਵੇਂ ਕੈਪਟਨ ਮੁੱਕਰਿਆ। ਨਹੀਂ, ਉਹ ਕਹਿੰਦਾ GST ਬਿਲਕੁਲ ਫ੍ਰੀ, ਫਿਰ ਉਹ ਪੱਤਰਕਾਰ ਆਊਗਾ ਕਿੱਥੋਂ? ਕੋਈ ਮਤਲਬ ਨਾਲ ਦੇ ਬੈਂਕ ਪਾਕਿਸਤਾਨ ਤੋਂ ਲੁੱਟ ਕੇ ਲਿਆਊਗਾ ਜਾਂ ਕਿਸੇ ਹੋਰ ਕਿਸੇ ਦਾ ਬੈਂਕ ਲੁੱਟ ਕੇ ਲਿਆਊਗਾ? ਮੈਂ ਜਿਹੜਾ ਕਲੀਅਰ ਕੀਤਾ ਹੈ ਕਿ ਜਿਹੜੀਆਂ ਤੁਹਾਡੀਆਂ ਅਖਬਾਰਾਂ 'ਚ ਨਿਊਜ਼ ਆਈਟਮਸ ਹੈ, ਆਲ ਸਪੈਕੂਲੇਸ਼ਨਸ ਹੈ। ਸਾਡੀ ਪਾਰਟੀ ਦੀ ਮੀਟਿੰਗ ਹੋਣੀ ਹੈ, ਪਾਰਟੀ ਵਿਲ ਡਿਸਾਈਡ ਵੈਦਰ ਆਈ ਫਾਈਟ ਔਰ ਨੋਟ ਫਾਈਟ। ਆਈ ਐਮ ਰੈਡੀ ਟੂ ਡੂ ਵਟ ਐਵਰ ਪਾਰਟੀ ਸੇਜ਼, ਮੈਨੂੰ ਕੋਈ ਪ੍ਰੋਬਲਮ ਨਹੀਂ। ਮੈਂ ਤਾਂ ਯਾਰ, ਮੈਂ ਐਲਟਲੀ ਵਾਟ, ਮੈਂ ਤਾਂ ਐਜ਼ ਅ ਪ੍ਰੈਜੀਡੈਂਟ ਆਈ ਐਮ ਫਾਈਟਿੰਗ ਫਰੋਮ ਦ ਫਰੰਟ, ਆਈ ਐਮ ਨੋਟ ਗੋਇੰਗ ਟੂ ਰਨ ਅਵੇ ਫਰੋਮ ਐਨੀਥਿੰਗ ਯਾਰ। ਆਈ ਸੈਡ ਪਾਰਟੀ ਜੇ ਕਹੂਗੀ 100%,